ਮਸਲਾ ਜੀ ਬਾਰਿਸ਼ ਕਰਕੇ ਆ ਪਾਣੀ ਕਰਕੇ ਸ਼ੈੱਡ ਡਿੱਗ ਗਿਆ ਜੀ ਸਾਰਾ। ਮੱਝ ਮਰ ਗਈ, ਇੱਕ ਤਿੰਨ ਜ਼ਖਮੀ ਹੋ ਗਈਆਂ ਜੀ। ਮੁੱਕ ਤੇ ਡੈਥ ਹੋ ਗਈ ਤੇ ਡਿੱਗਣ ਕਾਰਨ ਮਲਬਾ ਸਾਰਾ, ਤੇ ਤਿੰਨ ਜ਼ਖਮੀ ਹੋ ਗਈਆਂ ਜੀ। ਵਜ੍ਹਾ ਬਾਰਿਸ਼ ਆ ਗਈ, ਵਾਹਵਾ ਇੱਕ ਯਕਦਮ ਨੀਂਦ ਆ, ਪਾਣੀ ਸਾਰਾ ਅਕਾਲੀ ਵਾਲਾ ਰੁੱਕ ਗਿਆ ਜੀ। ਪਾਣੀ ਸਾਰਾ ਅਕਾਲੀ ਵਾਲੇ ਵਿੱਚ ਗਿਆ, ਉਹਦੇ ਕਰਕੇ ਸਾਰਾ ਉੱਤੋਂ ਬਾਰਿਸ਼ ਵੀ ਪੈਂਦੀ ਰਹੀ ਅਤੇ ਡਿੱਗ ਪਿਆ ਜੀ। ਨੁਕਸਾਨ ਜੀ ਇੱਕ ਮੱਝ ਦਾ 1.5 ਲੱਖ ਰੁਪਈਆ ਨੁਕਸਾਨ ਹੋ ਗਏ, ਸੱਜਰ ਸੂਈ ਸੀ ਜੀ। ਅਤੇ ਬਾਕੀ ਅਜੇ ਡਾਕਟਰ ਆਏ ਨੇ, ਉਹ ਇੱਕ ਦੀ ਰੀੜ ਦੀ ਹੱਡੀ ਕਰੈਕ ਹੋ ਗਈ ਜੀ, ਇੱਕ ਵੈਸੇ ਉੱਠਦੀ ਨਹੀਂ ਪਈ, ਤਾਂ ਵੀ ਹੈ ਨਹੀਂ ਬੰਨਣ ਨੂੰ ਹੋਰ ਕਿਤੇ, ਬਾਹਰ ਉਹ ਥੱਟਾਂ ਵਾਲੀ ਵੀ ਬਾਹਰ ਖੜੀਆਂ ਨੇ ਜੀ ਸਾਰੀਆਂ। ਕੋਈ ਨਹੀਂ ਜੀ, ਮੱਝਾਂ ਦੀ ਸੀ ਜੀ ਸਾਰੀ ਪੜ੍ਹਾਈ, ਜਵਾਕਾਂ ਦੀ ਰੋਟੀ ਸਾਰੀ ਮੱਝਾਂ 'ਤੇ ਚੱਲਦੀ ਜੀ। ਕਿਤੇ ਲੈ ਗਏ, ਅਸੀਂ ਉਹਦੇ ਚਾਰਾ ਬੀਜਦੇ ਹਾਂ ਜੀ ਮੱਝਾਂ ਵਾਸਤੇ, ਫਿਰ ਕਿਤੇ ਲੈ ਗਏ ਜੀ। ਸਰਕਾਰ ਤੋਂ ਮੰਗ ਇਹ ਕਰਦੇ ਜੀ ਸਾਨੂੰ ਜੋ ਵੀ ਬਣਦਾ ਮਾਜਵਾ ਦਿੱਤਾ ਜਾਵੇ, ਅਤੇ ਜਿਹੜੇ ਡੰਗਰ ਸੱਟਾਂ ਲੱਗੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾਵੇ ਜੀ। ਬਾਹਰ ਸ਼ਾਮ ਕਾਰਨ ਜੀ ਅੱਠ ਡੰਗਰ ਸੀ, ਕੋਈ ਬਾਹਰ ਸੀ ਕੋਈ ਅੰਦਰ ਸੀ। ਹਾਂਜੀ, ਇੱਕ ਦੀ ਮੌਤ ਹੋ ਗਈ, ਜ਼ਖਮੀ ਹੋ ਗਏ, ਪੈਪ ਪਾਣੀ ਹਰ ਜਾਂਦੀ ਉਹਦੇ ਵੀ ਭਰੀ ਗਈ, ਉਹਦੇ ਪਾਣੀ ਸਾਰਾ ਉੱਧਰ ਰੁਕ ਗਿਆ, ਪਾਣੀ ਸਾਰਾ ਉੱਧਰ ਰੁਕ ਗਿਆ, ਮਰ ਜਾਂਦੇ ਜਾਂਦੀ ਉਹਦੇ ਨਾਲ ਨਹੀਂ ਬਹਿ ਗਈ। ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਗਰੀਬ ਬੰਦੇ ਦੀ ਹੈਲਪ ਕੀਤੀ ਜਾਵੇ, ਅਤੇ ਅੱਜ ਤੁਸੀਂ ਦੇਖ ਰਹੇ ਹੋ ਕਿੰਨਾ ਨੁਕਸਾਨ ਹੋ ਚੁੱਕਿਆ, 1.5 ਲੱਖ ਦੀ ਮੱਝ ਹੋ ਗਈ, ਕਿਆ ਨੁਕਸਾਨ ਹੋ ਗਿਆ। ਸਰਕਾਰ ਨੂੰ ਇਹੀ ਬੇਨਤੀ ਹੈ ਕਿ ਇੱਕ ਤਾਂ ਇਹਨਾਂ ਨੂੰ ਸ਼ੈੱਡ ਪਾ ਕੇ ਦਿੱਤਾ ਜਾਵੇ, ਬਾਕੀ ਮੱਝ ਦਾ ਜਿਹੜਾ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਸੋਹਣਾ ਸੰਦੜਾ ਜੀ। ਮਸਲਾ ਜੀ ਬਾਰਿਸ਼ ਕਰਕੇ ਆ ਪਾਣੀ ਕਰਕੇ ਸ਼ੈੱਡ ਡਿੱਗ ਗਿਆ ਜੀ ਸਾਰਾ। ਮੱਝ ਮਰ ਗਈ, ਇੱਕ ਤਿੰਨ ਜ਼ਖਮੀ ਹੋ ਗਈਆਂ ਜੀ। ਮੁੱਕ ਤੇ ਡੈਥ ਹੋ ਗਈ ਅਤੇ ਡਿੱਗਣ ਕਾਰਨ ਮਲਬਾ ਸਾਰਾ, ਅਤੇ ਤਿੰਨ ਜ਼ਖਮੀ ਹੋ ਗਈਆਂ ਜੀ। ਵਜ੍ਹਾ ਬਾਰਿਸ਼ ਆ ਗਈ, ਵਾਹਵਾ ਇੱਕ ਯਕਦਮ ਨੀਂਦ ਆ, ਪਾਣੀ ਸਾਰਾ ਅਕਾਲੀ ਵਾਲਾ ਰੁੱਕ ਗਿਆ ਜੀ, ਪਾਣੀ ਸਾਰਾ ਅਕਾਲੀ ਵਾਲੇ ਵਿੱਚ ਗਿਆ, ਉਹਦੇ ਕਰਕੇ ਸਾਰਾ ਉੱਤੋਂ ਬਾਰਿਸ਼ ਵੀ ਪੈਂਦੀ ਰਹੀ ਅਤੇ ਡਿੱਗ ਪਿਆ ਜੀ। ਨੁਕਸਾਨ ਜੀ ਇੱਕ ਮੱਝ ਦਾ 1.5 ਲੱਖ ਰੁਪਈਆ ਨੁਕਸਾਨ ਹੋ ਗਏ, ਸੱਜਰ ਸੂਈ ਸੀ ਜੀ। ਅਤੇ ਬਾਕੀ ਅਜੇ ਡਾਕਟਰ ਆਏ ਨੇ, ਉਹ ਇੱਕ ਦੀ ਰੀੜ ਦੀ ਹੱਡੀ ਕਰੈਕ ਹੋ ਗਈ ਜੀ, ਇੱਕ ਵੈਸੇ ਉੱਠਦੀ ਨਹੀਂ ਪਈ, ਤਾਂ ਵੀ ਹੈ ਨਹੀਂ ਬੰਨਣ ਨੂੰ ਹੋਰ ਕਿਤੇ, ਬਾਹਰ ਉਹ ਥੱਟਾਂ ਵਾਲੀ ਵੀ ਬਾਹਰ ਖੜੀਆਂ ਨੇ ਜੀ ਸਾਰੀਆਂ। ਕੋਈ ਨਹੀਂ ਜੀ, ਮੱਝਾਂ ਦੀ ਸੀ ਜੀ ਸਾਰੀ ਪੜ੍ਹਾਈ, ਜਵਾਕਾਂ ਦੀ ਰੋਟੀ ਸਾਰੀ ਮੱਝਾਂ 'ਤੇ ਚੱਲਦੀ ਜੀ। ਕਿਤੇ ਲੈ ਗਏ, ਅਸੀਂ ਉਹਦੇ ਚਾਰਾ ਬੀਜਦੇ ਹਾਂ ਜੀ ਮੱਝਾਂ ਵਾਸਤੇ, ਫਿਰ ਕਿਤੇ ਲੈ ਗਏ ਜੀ। ਸਰਕਾਰ ਤੋਂ ਮੰਗ ਇਹ ਕਰਦੇ ਜੀ ਸਾਨੂੰ ਜੋ ਵੀ ਬਣਦਾ ਮਾਜਵਾ ਦਿੱਤਾ ਜਾਵੇ, ਅਤੇ ਜਿਹੜੇ ਡੰਗਰ ਸੱਟਾਂ ਲੱਗੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾਵੇ ਜੀ। ਬਾਹਰ ਸ਼ਾਮ ਕਾਰਨ ਜੀ ਅੱਠ ਡੰਗਰ ਸੀ, ਕੋਈ ਬਾਹਰ ਸੀ ਕੋਈ ਅੰਦਰ ਸੀ। ਹਾਂਜੀ, ਇੱਕ ਦੀ ਮੌਤ ਹੋ ਗਈ, ਜ਼ਖਮੀ ਹੋ ਗਏ, ਪੈਪ ਪਾਣੀ ਹਰ ਜਾਂਦੀ ਉਹਦੇ ਵੀ ਭਰੀ ਗਈ, ਉਹਦੇ ਪਾਣੀ ਸਾਰਾ ਉੱਧਰ ਰੁਕ ਗਿਆ, ਪਾਣੀ ਸਾਰਾ ਉੱਧਰ ਰੁਕ ਗਿਆ, ਮਰ ਜਾਂਦੇ ਰਾਤ ਜਾਂਦੀ ਉਹਦੇ ਨਾਲ ਨੀਂਹ ਬਹਿ ਗਈ। ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਗਰੀਬ ਬੰਦੇ ਦੀ ਹੈਲਪ ਕੀਤੀ ਜਾਵੇ, ਅਤੇ ਅੱਜ ਤੁਸੀਂ ਦੇਖ ਰਹੇ ਹੋ ਕਿੰਨਾ ਨੁਕਸਾਨ ਹੋ ਚੁੱਕਿਆ, 1.5 ਲੱਖ ਦੀ ਮੱਝ ਹੋ ਗਈ, ਕਿਆ ਨੁਕਸਾਨ ਹੋ ਗਿਆ। ਸਰਕਾਰ ਨੂੰ ਇਹੀ ਬੇਨਤੀ ਹੈ ਕਿ ਇੱਕ ਤਾਂ ਇਹਨਾਂ ਨੂੰ ਸ਼ੈੱਡ ਪਾ ਕੇ ਦਿੱਤਾ ਜਾਵੇ, ਬਾਕੀ ਮੱਝ ਦਾ ਜਿਹੜਾ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਸੋਹਣਾ ਸੰਦੜਾ ਜੀ।